ਪੰਜਾਬ ਦੀ ਸਰਕਾਰ ਨੂੰ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਕੀਤਾ ਹੋਇਆ ਵਾਅਦਾ ਯਾਦ ਕਰਾਉਣ ਵਾਸਤੇ ਥਾਂ ਥਾਂ ਦੇ ਉੱਤੇ ਰੈਲੀਆਂ ਨਾਰੇ ਮੰਗ ਪੱਤਰ ਦਿੱਤੇ ਤੇ ਅੱਜ ਗੁੱਸੇ ਲੜੀ ਦੇ ਤਹਿਤ ਉਸ ਦਲ ਸਰਕਾਰ ਚਲਾਉਣ ਵਾਸਤੇ ਇਸ ਥਾਂ ਤੇ ਰੈਲੀ ਕਰਨ ਜਾ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਔਰ ਪੰਜਾਬ ਦੀ ਇਸ ਕਾਂਗਰਸ ਹਕੂਮਤ ਨੇ ਹਕੂਮਤ ਦੇ ਉੱਤੇ ਕਬਜ਼ਾ ਕਰਨ ਤੋਂ ਪਹਿਲਾਂ ਪੰਜਾਬ ਦੇ ਸਮੁੱਚੇ ਵਰਗ ਦੇ ਨਾਲ ਧੋਖਾ ਕੀਤਾ। ਉਹ ਧੋਖਾ ਇਸ ਤਰ੍ਹਾਂ ਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਜਿੱਥੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਔਰ ਦੂਜੇ ਪਾਸੇ ਪੰਜਾਬ ਦੇ ਜੇਲ ਕਰਨ ਨੌਜਵਾਨਾਂ ਨੂੰ ਇਹ ਝਟਕਾ ਦਿੱਤਾ ਗਿਆ ਤੇ ਤੁਹਾਡੇ ਲਈ ਘਰ ਘਰ ਰੁਜ਼ਗਾਰ ਦਾ ਪ੍ਰਬੰਧ ਲੈ ਕੇ ਆਉਣਾ ਹੈ ਔਰ ਇਸ ਤੋਂ ਬਿਨਾਂ ਪੂਰੇ ਪੰਜਾਬ ਦੇ ਵੱਖ ਵੱਖ ਵਿਭਾਗਾਂ 'ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੇ ਲਈ ਇਹ ਕਿਹਾ ਗਿਆ ਕਿ ਤੁਹਾਡੀਆਂ ਸੇਵਾਵਾਂ ਰੈਗੂਲੇਟ ਕਰਨੀਆਂ ਹੈ। ਇਸ ਤੋਂ ਬਿਨਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਇਹ ਕਿਹਾ ਕਿ ਤੁਹਾਨੂੰ ਅਸੀਂ ਪੇ ਕਮਿਸ਼ਨ ਆਉਂਦੀ ਸਾਲ ਦੇਣਾ ਹੈ ਤੇ ਉੱਥੇ ਜਿਹੜੀ ਤੁਹਾਡੀ ਮੰਗ ਹੈ ਜਿਹਦੇ ਕਰਕੇ ਅੱਜ ਇਕੱਠੇ ਹੋਏ ਹਾਂ। ਇਹ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦੇਣੀ ਆ ਤੇ ਸੋਚਣ ਦਾ ਵਿਸ਼ਾ ਹੈ ਕਿ ਹੁਣ ਤੱਕ 4.5 ਸਾਲਾਂ ਦੇ ਵਿੱਚ ਇਹ ਸਭ ਕੁਝ ਨਾ ਹੋਣਾ ਔਰ ਦੂਜੇ ਪਾਸੇ ਅੱਜ ਦੀ ਪੇਪਰ ਦੇ ਵਿੱਚ ਇਹ ਬੇਈਮਾਨ ਰਾਜਾ ਜਦੋਂ ਹਰਿਆਣਾ ਦੇ ਵਿੱਚ ਕਿਸਾਨ ਪ੍ਰੋਟੈਸਟ ਕਰਦੇ ਹੋਣ ਉਸ ਪ੍ਰੋਟੈਸਟ ਦੇ ਆਧਾਰ ਦੇ ਉੱਤੇ ਉੱਥੋਂ ਦੇ ਹਾਕਮ ਆਪਣੇ ਆਪਣਾ ਪੁਲਿਸ ਵਰਦੀ ਧਾਰੀ ਦੇ ਰਹੇ ਉਹਨਾਂ ਦੇ ਸਿਰ ਪਾੜਨ ਉਹਨਾਂ ਦੀਆਂ ਉਹਨਾਂ ਦੇ ਵਾਲ ਕੱਟਣ ਲਹੂ ਲੁਹਾਨ ਕਰਨ ਤਾਂ ਪੰਜਾਬ ਦਾ ਬੇਈਮਾਨ ਰਾਜਾ ਇਹ ਕਹਿ ਰਿਹਾ ਹੋਵੇ ਕਿ ਇੱਥੇ ਜਾਤ ਦਾ ਇਸਤੇਮਾਲ ਕਰ ਰਹੀ ਹੈ ਖੱਟਰ ਸਰਕਾਰ। ਅਸੀਂ ਇਸ ਦੇਸ਼ ਤੋਂ ਮੈਂ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਕੋਈ ਘੱਟ ਨਹੀਂ ਪੰਜਾਬ ਦੀ ਬੀਜੇਪੀ ਸਰ ਤੁਸੀਂ ਸੈਂਟਰ ਦੀ ਬੀਜੇਪੀ ਸਰਕਾਰ ਤੋਂ ਤੁਸੀਂ ਖੱਟਰ ਸਰਕਾਰ ਤੋਂ ਘੱਟ ਨਹੀਂ ਤੁਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਉਹਨਾਂ ਦੀ ਜਵਾਨ ਬੰਦ ਕਰਨ ਵਾਸਤੇ ਜੋ ਕੁਝ ਤੁਹਾਡੇ ਹੋਇਆ ਤੁਸੀਂ ਕੀਤਾ ਔਰ ਇਸੇ ਹੀ ਆਧਾਰ ਦੇ ਉੱਤੇ ਤੁਸੀਂ ਹੁਣ ਵੀ ਸਭ ਕੁਝ ਕਰ ਰਹੇ ਹਾਂ। ਬਹੁਤ ਕੁਝ ਹੋਰ ਵੀ ਕਿਹਾ ਜਾ ਸਕਦਾ ਸੀ ਪ੍ਰੰਤੂ ਸਮੇਂ ਦੀਆਂ ਪਾਬੰਦੀਆਂ ਕਿਉਂਕਿ ਫਰੰਟ ਕਾਫੀ ਵੱਡਾ ਹੈ। ਮੈਂ ਅੰਤ ਦੇ ਵਿੱਚ ਇਹੀ ਗੱਲ ਕਹਾਂਗਾ ਕਿ ਇਹ ਚੀਜ਼ ਨੂੰ ਸਮਝਣ ਦੀ ਲੋੜ ਆ ਕਿ ਇਹਦੇ ਪਿੱਛੇ ਮਨਸ਼ਾ ਕਿੱਥੋਂ ਚੱਲਦੀ ਆ। ਤੁਹਾਡੀ ਜੇ ਪੈਨਸ਼ਨ ਨੂੰ ਬਹਾਲ ਪਾਉਣ ਦਾ ਸਵਾਲ ਆ, ਜੇ ਕਿਸਾਨੀ ਦੇ ਬਿੱਲਾਂ ਨੂੰ ਵਾਪਸ ਪਾਉਣ ਦਾ ਸਵਾਲ ਆ, ਜੇ ਨਵੀਂ ਸਿੱਖਿਆ ਨੀਤੀ ਨੂੰ ਮੋੜਾ ਦੇਣ ਦਾ ਸਵਾਲ ਆ, ਤਾਂ ਇਹ ਸਾਰਾ ਕੁਝ ਸੁਣ ਕੇ ਪੰਜਾਬ ਦੇ ਔਰ ਪੂਰੇ ਭਾਰਤ ਦੇ ਕਿਰਤੀ ਲੋਕਾਂ ਦੇ ਪੂਰੇ ਦੁਨੀਆਂ ਦੇ ਕਿਰਤੀ ਲੋਕਾਂ ਲਈ ਸਵਾਲ ਆ। ਉਹਦੇ ਲਈ ਸਾਨੂੰ ਇੱਕ ਜੁਟ ਹੋਣ ਦੀ ਲੋੜ ਆ। ਤੁਸੀਂ ਵਿਧਾਈ ਦਾ ਪਾਤਰ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਨੇ ਪੰਜਾਬ ਦੇ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਦੱਸਿਆ ਕਿ ਇਹਨੂੰ ਬਹਾਲ ਕਰਨ ਵਾਸਤੇ ਸੰਘਰਸ਼ ਦੀ ਲੋੜ ਆ। ਸੰਘਰਸ਼ ਕਰ ਰਹੇ ਹਾਂ ਅਸੀਂ ਗਵਰਨਮੈਂਟ ਇੰਸਟੀਚਿਊਟ ਵੱਲੋਂ ਤੁਹਾਡੇ ਨਾਲ ਪਹਿਲੇ ਦਿਨ ਤੋਂ ਆ, ਨਾਲ ਰਹਾਂਗੇ ਜੋ ਵੀ ਪ੍ਰੋਗਰਾਮ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਲਿਖੂਗੀ। ਇਸ ਕਰਕੇ ਇਹ ਕਮੇਟੀ ਸਹੀ ਦਿਸ਼ਾ ਦੇ ਵਿੱਚ ਲੜ ਰਹੀ ਆ, ਸਰਕਾਰ ਨੂੰ ਸਹੀ ਰਸਤਾ ਦਿਖਾ ਰਹੀ ਆ ਕਿ ਤੁਸੀਂ ਲੋਕਾਂ ਨਾਲ ਧੋਖਾ ਕੀਤਾ, ਉਹਦੇ ਵਾਸਤੇ ਅਸੀਂ ਇੱਕਜੁੱਟ ਹੋ ਕੇ ਤੁਹਾਡੇ ਨਾਲ ਰਹਾਂਗੇ। ਜੈ ਜੰਗਲ ਚ ਲੜਦੇ ਲੋਕਾਂ ਦੀ। ਧੰਨਵਾਦ।